ਲੋਕਾਂ ਨੂੰ ਦੇ ਵਿੱਚ ਜਿਹੜੀ ਪ੍ਰੋਪਗੇਸ਼ਨ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ, ਲੋਕਾਂ ਨੂੰ ਭੜਕਾਉਣ ਦੀ ਗੱਲ ਕਰਨੀ, ਅਜਿਹੀ ਮਤਲਬ ਜਿਹੜੀ ਗੱਲ ਹੈ ਇਹ ਲਗਾਤਾਰ ਮਤਲਬ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਇਹ ਪਤਾ ਨਹੀਂ ਕਿਉਂ ਕਰ ਰਹੀ, ਸਮਝ ਨਹੀਂ ਆ ਰਹੀ ਸੰਤੋਸ਼ ਕਰ ਰਹੀ। ਲੋਕਾਂ ਦੇ ਅੰਦਰ ਇੱਕ ਜਿਹੜਾ ਨਾਵਾ ਬਣਿਆ ਖੜਾ ਹੈ ਗੁੱਸਾ ਬੀਜੇਪੀ ਦੀ ਲੀਡਰਸ਼ਿਪ ਦੇ, ਉਹ ਉਸ ਗੁੱਸੇ ਦਾ ਉਸ ਰੋਸ ਦਾ ਸਿੱਟਾ ਸੀ ਜਿਹਦੇ ਕਰਕੇ ਇਹ ਸਾਰਾ ਕੁਛ ਹੋਇਆ। ਉਹ ਇਹ ਹੈ ਕਿ ਆਪਾਂ ਇਹਨਾਂ ਦਾ ਮਤਲਬ ਬੀਜੇਪੀ ਦਾ ਵਿਰੋਧ ਕਰਨਾ, ਇਹਨਾਂ ਦੇ ਖਿਲਾਫ਼ ਵਿਰੋਧ ਦਰਜ ਕਰਵਾਉਣਾ। ਜੇ ਉਸ ਤੋਂ ਅੱਗੇ ਲੰਘ ਕੇ ਜਾ ਕੇ ਜਿਹੜਾ ਕੁਛ ਹੋਇਆ ਉਹਨੂੰ ਅਸੀਂ ਵੀ ਸਾਰੇ ਮਤਲਬ ਮਹਿਸੂਸ ਕਰਦੇ ਹਾਂ ਕਿ ਇਹ ਨਹੀਂ ਸੀ ਹੋਣਾ ਚਾਹੀਦਾ, ਜਿੰਨਾ ਹੋ ਗਿਆ ਬਹੁਤ ਹੱਦਾਂ ਬੰਨੇ ਟੱਪ ਕੇ ਹੋ ਗਿਆ। ਪਰ ਫਿਰ ਮੈਂ ਬੇਨਤੀ ਕਰਾਂ ਕਿ ਜਿਹੜਾ ਇਹ ਹੋਇਆ ਬੀਜੇਪੀ ਦੀ ਲੀਡਰਸ਼ਿਪ ਨੂੰ ਵੀ ਸਿਆਣਾ ਹੈ ਕਿ ਅਜਿਹੀ ਬਿਆਨਬਾਜ਼ੀ ਕਰਨ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰ। ਦੇਖੋ ਜਿਹੜਾ ਇਹ ਘਟਨਾ ਵਾਪਰੀ ਹੈ, ਅਗਰ ਇਸ ਘਟਨਾ ਨੂੰ ਧਿਆਨ ਨਾਲ ਸਾਰੀ ਘਟਨਾਕ੍ਰਮ ਨੂੰ ਜੋੜਿਆ ਜਾਵੇ ਅੰਦੋਲਨ ਨਾਲ ਤਾਂ ਬਹੁਤ ਸਾਰੀਆਂ ਗੱਲਾਂ ਸਮਝ 'ਚ ਆਉਣਗੀਆਂ। ਜਿਵੇਂ ਕਿ ਪਿਛਲੀ ਆ ਜਿਹੜੀ ਆਪਾਂ 26 ਤਰੀਕ ਨੂੰ ਭਾਰਤ ਬੰਦ ਦੀ ਕੌਲ ਦਿੱਤੀ ਗਈ ਸੀ, ਪੀਸਫੁਲੀ ਹੋਈ ਆ, ਕਿਤੇ ਕੋਈ ਰੌਲਾ ਨਹੀਂ, ਕਿਸੇ ਦਾ ਕੋਈ ਝਗੜਾ ਨਹੀਂ ਗਾ, ਬਿਲਕੁਲ ਸ਼ਾਂਤੀਪੂਰਵਕ ਸਾਰਾ ਉਸਰੇ ਚੜਿਆ ਔਰ ਪੂਰਾ ਭਾਰਤ ਮਤਲਬ ਬੰਦ ਹੋਇਆ ਵਧੀਆ ਤਰੀਕੇ ਨਾਲ। ਹੁਣ ਅਜਿਹਿਆਂ ਸਮਿਆਂ ਦੇ ਵਿੱਚ ਜਦੋਂ ਇੰਨਾ ਪੀਸਫੁਲੀ ਕੋਈ ਪ੍ਰੋਟੈਸਟ ਹੋਇਆ ਹੋਵੇ ਔਰ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਖਾਸ ਕਰਕੇ ਲੀਡਰਸ਼ਿਪ ਹੈ ਉਹਨਾਂ ਦੀ ਬਿਆਨਬਾਜ਼ੀ ਜਿਹੜੀ ਆ ਰਹੀ ਹੈ ਉਹ ਤੁਸੀਂ ਸਾਰਿਆਂ ਨੇ ਮਤਲਬ ਦੇਖੀ ਹੈ ਕਿ ਕਿਸ ਤਰ੍ਹਾਂ ਮਤਲਬ ਅਜਿਹੇ ਪ੍ਰੋਟੈਸਟਾਂ ਨੂੰ ਵੀ ਮਤਲਬ ਟੇਢੇ ਢੰਗ ਦੇ ਨਾਲ ਅਤੇ ਕੋਈ ਅਜਿਹੇ ਬਿਆਨ ਦੇਣੇ ਕਿ ਲੋਕਾਂ ਨੂੰ ਦੇ ਵਿੱਚ ਜਿਹੜੀ ਪ੍ਰੋਪਗੇਸ਼ਨ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ, ਲੋਕਾਂ ਨੂੰ ਭੜਕਾਉਣ ਦੀ ਗੱਲ ਕਰਨੀ, ਅਜਿਹੀ ਮਤਲਬ ਜਿਹੜੀ ਗੱਲ ਹੈ ਇਹ ਲਗਾਤਾਰ ਮਤਲਬ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਇਹ ਪਤਾ ਨਹੀਂ ਕਿਉਂ ਕਰ ਰਹੀ, ਸਮਝ ਨਹੀਂ ਆ ਰਹੀ ਸਾਨੂੰ ਤਾਂ ਇਸ ਗੱਲ ਦੀ। ਔਰ ਅਗਲੇ ਪਾਸੇ ਇਹਦੇ ਨਾਲ ਹੀ ਇੱਕ ਗੱਲ ਹੋਰ ਬੜੀ ਵੱਡੀ ਹੈ ਕਿ ਪਰਸੋਂ ਗੁਜਰਾਤ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਗਈ ਹੈ ਔਰ ਉੱਥੇ ਜਦੋਂ ਲੀਡਰਸ਼ਿਪ ਗਈ ਹੈ ਉੱਥੇ ਗਿਆਨ ਨੂੰ ਪ੍ਰੈਸ ਕਾਨਫਰੰਸ ਦੇ ਵਿੱਚੋਂ ਸਰਕਾਰ ਨੇ ਅਰੈਸਟ ਕੀਤਾ। ਅਗਰ ਉਹਦੇ ਨਾਲ ਸਾਡੇ ਲੋਕਾਂ ਦੇ ਅੰਦਰ ਇੱਕ ਗੁੱਸਾ ਵੱਧ ਰਿਹਾ ਹੈ, ਅਜਿਹੀ ਬਿਆਨਬਾਜ਼ੀ ਨਾਲ ਇੱਕ ਗੁੱਸਾ ਵੱਧ ਰਿਹਾ ਹੈ, ਲਗਾਤਾਰ ਮਤਲਬ ਅੰਦੋਲਨਕਾਰੀਆਂ ਨੂੰ ਤਰ੍ਹਾਂ ਤਰ੍ਹਾਂ ਦਾ ਮਤਲਬ ਦੋਸ਼ ਲਾਏ ਜਾਣੇ, ਉਹਨਾਂ ਨਾਲ ਲੋਕਾਂ ਦੇ ਅੰਦਰ ਇੱਕ ਗੁੱਸਾ ਭੜਕ ਰਿਹਾ ਹੈ, ਇਹ ਉਸ ਗੁੱਸੇ ਦਾ ਸਿੱਟਾ ਮੈਂ ਤਾਂ ਕਹੂੰਗਾ। ਲੋਕਾਂ ਦੇ ਅੰਦਰ ਇੱਕ ਜਿਹੜਾ ਨਾਵਾ ਬਣਿਆ ਖੜਾ ਹੈ ਗੁੱਸਾ ਬੀਜੇਪੀ ਦੀ ਲੀਡਰਸ਼ਿਪ ਦੇ ਖਿਲਾਫ, ਉਹ ਉਸ ਗੁੱਸੇ ਦਾ ਉਸ ਰੋਸ ਦਾ ਸਿੱਟਾ ਸੀ ਜਿਹਦੇ ਕਰਕੇ ਇਹ ਸਾਰਾ ਕੁਛ ਹੋਇਆ। ਹਾਲਾਂਕਿ ਅਸੀਂ ਇਹ ਦੇਖਿਆ ਹੈ ਕਿ ਜਿਹੜੀ ਮੈਂ ਇਹਦੀ ਵੀਡੀਓ ਦੇਖੀ ਹੈ, ਮੈਂ ਜੋ ਸੁਣੀ ਜਿਵੇਂ ਦੀ ਗੱਲ ਕਿ ਸਾਡੀ ਜਿਹੜੀ ਲੀਡਰਸ਼ਿਪ ਉੱਥੇ ਮੌਜੂਦ ਸੀ, ਇੱਥੋਂ ਮੁਕਤਸਰ ਡਿਸਟ੍ਰਿਕਟ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਹੋਣੀ, ਉਹਨਾਂ ਨੇ ਕਿਹਾ ਕਿ ਬਈ ਨਹੀਂ ਕੋਈ ਅਜਿਹੀ ਘਟਨਾ ਨਹੀਂ ਕਰਨੀ ਗੀ, ਕਿਸੇ ਨੇ ਕਿਸੇ ਨੂੰ ਹੱਥ ਤੱਕ ਨਹੀਂ ਲਾਉਣਾ ਗਾ, ਸਾਰਿਆਂ ਨੇ ਮਤਲਬ ਸ਼ਾਂਤੀ ਬਣਾ ਕੇ ਰੱਖਣੀ ਹੈ। ਹੁਣ ਸ਼ਾਂਤੀ ਬਣਾ ਕੇ ਰੱਖਣ ਤੱਕ ਕਹਿਣ ਦੇ ਬਾਵਜੂਦ ਵੀ ਲੋਕਾਂ ਦਾ ਭੜਕ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦਾ ਲੋਕਾਂ ਦਾ ਜਿਹੜਾ ਅੰਦਰ ਗੁੱਸਾ ਖੜਾ ਸੀਗਾ ਲਗਾਤਾਰ ਇਹਨਾਂ ਦੀ ਲੀਡਰਸ਼ਿਪ ਦੇ ਬਿਆਨਾਂ ਤੋਂ ਤੰਗ ਆ ਕੇ ਉਹ ਗੁੱਸੇ ਦਾ ਹੀ ਇਹ ਸਿੱਟਾ ਹੈ ਜਿਹੜਾ ਕੁਛ ਹੋਇਆ ਹੈ। ਔਰ ਇਹ ਗੱਲ ਠੀਕ ਹੈ ਕਿ ਜਿਹੜਾ ਇਹ ਹੋਇਆ ਹੈ ਇਹ ਇੰਨਾ ਨਹੀਂ ਹੋਣਾ ਚਾਹੀਦਾ, ਇਹ ਸੰਯੁਕਤ ਕਿਸਾਨ ਮੋਰਚੇ ਦਾ ਜਿਹੜੀ ਕੌਲ ਹੈ ਉਹ ਇਹ ਹੈ ਕਿ ਆਪਾਂ ਇਹਨਾਂ ਦਾ ਮਤਲਬ ਬੀਜੇਪੀ ਦਾ ਵਿਰੋਧ ਕਰਨਾ, ਇਹਨਾਂ ਦੇ ਖਿਲਾਫ਼ ਵਿਰੋਧ ਦਰਜ ਕਰਵਾਉਣਾ। ਜੇ ਉਸ ਤੋਂ ਅੱਗੇ ਲੰਘ ਕੇ ਜਾ ਕੇ ਜਿਹੜਾ ਕੁਛ ਹੋਇਆ ਉਹਨੂੰ ਅਸੀਂ ਵੀ ਸਾਰੇ ਮਤਲਬ ਮਹਿਸੂਸ ਕਰਦੇ ਹਾਂ ਕਿ ਇਹ ਨਹੀਂ ਸੀ ਹੋਣਾ ਚਾਹੀਦਾ, ਜਿੰਨਾ ਹੋ ਗਿਆ ਬਹੁਤ ਹੱਦਾਂ ਬੰਨੇ ਟੱਪ ਕੇ ਹੋ ਗਿਆ। ਲੇਕਿਨ ਇਹ ਲੋਕਾਂ ਦੇ ਗੁੱਸੇ ਦਾ ਸਿੱਟਾ ਹੈ, ਨਾ ਕਿ ਮਤਲਬ ਇਹਨੂੰ ਇਹ ਕਹਿਣਾ ਕਿ ਵੀ ਕਿਸੇ ਨੇ ਮਤਲਬ ਕੋਈ ਜਾਣ ਕੇ ਕੋਈ ਕੁਛ ਜੈਲਸੀ ਨਾਲ ਕਰਨ ਵਾਲੀ ਗੱਲ ਨਹੀਂ ਹੈ, ਇਹ ਬਿਲਕੁਲ ਨਹੀਂ ਹੈ। ਇਹ ਤਾਂ ਇੱਕ ਲੋਕਾਂ ਦਾ ਜਿਹੜਾ ਰੋਸ ਹੈ, ਲੋਕਾਂ ਦਾ ਗੁੱਸਾ ਹੈ ਔਰ ਉਹ ਬੜੇ ਲੰਬੇ ਸਮੇਂ ਤੋਂ, ਹੁਣ ਦੇਖੋ 4 ਮਹੀਨੇ ਦਾ ਆਪਾਂ ਨੂੰ ਮਤਲਬ ਉੱਥੇ ਬੈਠਿਆਂ ਨੂੰ ਹੋ ਗਏ, ਇੰਨੇ ਲੰਬੇ ਸਮੇਂ ਦੇ ਵਿੱਚ ਲੋਕਾਂ ਦੀ ਗੱਲ ਨਾ ਸੁਣੀ ਜਾਣੀ, ਇਹ ਵੀ ਇੱਕ ਤਰ੍ਹਾਂ ਦਾ ਲੋਕਾਂ ਦੇ ਅੰਦਰ ਗੁੱਸਾ ਭੜਕ ਰਿਹਾ ਹੈ, ਲੋਕਾਂ ਦੇ ਅੰਦਰ ਗੁੱਸਾ ਮਤਲਬ ਵੱਡੀ ਇੱਕ ਪੰਡ ਬਣੀ ਪਈ ਹੈ ਗੁੱਸੇ ਦੀ। ਉਹ ਸਾਰੀਆਂ ਜਿਹੜੀਆਂ ਇੰਨੀਆਂ ਸਾਰੀਆਂ ਗੱਲਾਂ ਇਕੱਠੀਆਂ ਹੋ ਰਹੀਆਂ, ਉਹਨਾਂ ਗੱਲਾਂ ਦੇ ਵਿੱਚੋਂ ਲੋਕਾਂ ਦੇ ਅੰਦਰ ਨਾਰਾਜ਼ਗੀ ਹੈ ਔਰ ਉਸ ਨਾਰਾਜ਼ਗੀ ਦਾ ਇਹ ਜਿਹੜਾ ਰਿਜ਼ਲਟ ਹੈ ਉਹ ਆਪਾਂ ਨੂੰ ਇੱਥੇ ਮਤਲਬ ਸਾਹਮਣੇ ਨਜ਼ਰ ਆਇਆ ਹੈ। ਪਰ ਫਿਰ ਮੈਂ ਬੇਨਤੀ ਕਰਾਂ ਕਿ ਜਿਹੜਾ ਇਹ ਹੋਇਆ ਬੀਜੇਪੀ ਦੀ ਲੀਡਰਸ਼ਿਪ ਨੂੰ ਵੀ ਸਿਆਣਿਆ ਹੋਣ ਦੀ ਲੋੜ ਹੈ,
कि अजिही बयानबाजी करन तों थोड़ा जा गुरेज कर, क्योंकि पंजाब कला पंजाबियों का साडा कल्या का नहीं है, किसानों का नहीं है। जिनी बीजेपी की लीडरशिप भी पंजाब च बैठी है, कितने भी बैठे हैं, असं भारत के लोग हाँ, भारतीय हैं। साडा सारा का फर्ज बनता है कि पंजाब के हालातों आप शांत रखिए, ठीक रखने योगदान पाइए। कोई अजिही बयानबाजी करनी, बिना गल तो अजिही बयानबाजी करी जानी जिद नाल मतलब लोगों गुस्सा भटके, तो वह मैंने लगता कितने ना कि पंजाब के हालातों खराब करने वाली गल बनती है। तो फिर मैं कहूँगा कि जो सा मतलब इतने घटना वापरी है वह ठीक नहीं वापरी, वह एक मंदभागी घटना है, वो ठीक नहीं रही।